वेलकम टू इरेक्शन फ्रेंड्स, आज आपको सुनाएंगे ऐसे 5 पंजाबी सॉन्ग जो के ओल्ड पंजाबी या फिर इंग्लिश से लिए गए थे, इंग्लिश लैंग्वेज से। बहुत ही मजे की वीडियो, तो आइए वीडियो को स्टार्ट करते हैं। ये कौन सा सॉन्ग है यार? ਜਿਹੜਾ ਤੁਸੀਂ ਹੁਣੇ ਸੁਣਿਆ ਬ੍ਰਾਜ਼ੀਲੀਅਨ ਗਾਣਾ ਸੀਗਾ ਤੇ 100 ਮਿਲੀਅਨ ਤੋਂ ਵੱਧ ਵਿਊ ਨੇ YouTube ਤੇ। ਇਹ ਚ ਦੇਖ ਲਓ ਆਪਣੇ ਪੰਜਾਬੀ ਗਾਣੇ ਦੀ ਵੋਕਲ ਸੈਂਪਲ ਕੀਤੀ ਹੋਈ ਹੈ। ਇਹੀ ਸੈਂਪਲ ਇੱਥੇ ਕਾਪੀ ਕਰਨੇ, ਮਤਲਬ ਕਿੰਨੀਆਂ ਕੰਟਰੋਵਰਸੀਆਂ ਉੱਠਦੀਆਂ ਹੁੰਦੀਆਂ ਨੇ ਵੀ ਇਹ ਮਿਊਜ਼ਿਕ ਸਿਰਫ ਇਤਾਂ ਕਾਪੀ ਕਰਦਾ। ਕਾਪੀ ਤਾਂ ਨਹੀਂ, ਸੈਂਪਲਿੰਗ ਕਹਿ ਸਕਦੇ ਆ। ਅੱਜ ਤੁਹਾਨੂੰ 9 ਗਾਣੇ ਇਹੋ ਜਿਹੇ ਦਿਖਾਵਾਂਗੇ ਜਿਹੜੇ ਬਾਹਰਲੇ ਗਾਣੇ ਤੋਂ ਸੈਂਪਲ ਹੋਏ ਹੋਏ ਨੇ ਜਾਂ ਫਿਰ ਆਪਣੇ ਪੁਰਾਣੇ ਪੰਜਾਬੀ ਗਾਣੇ ਤੋਂ ਸੈਂਪਲ ਹੋਏ ਹੋਏ ਨੇ। ਕਿਵੇਂ ਅਸ਼ਕਾਰੀਓ, ਪਹਿਲਾਂ ਆਉਂਦਾ ਮੇਰਾ ਜੀ ਕਰਦਾ ਚਮਕੀਲੇ ਦਾ ਗਾਣਾ, ਜਿਹੜਾ ਉਹਦਾ ਤੁੰਬੀ ਦਾ ਪਾਰਟ ਤੇ ਜਿਹੜਾ ਫਲੂਟ ਵਾਲਾ ਪਾਰਟ ਹੈ ਕਾਰਨ ਔਜਲੇ ਦੇ ਡੌਂਟ ਲੋਕਾਂ ਨੇ ਸੈਂਪਲ ਕੀਤਾ ਹੋਇਆ। ਗੋਟ ਗਾਣਾ ਸੀਗਾ ਇੱਕ, ਉਹਦੀ ਕਾਫੀ ਮੈਲੋਡੀ ਤੇ ਕਾਫੀ ਕਾਰਡ ਸੇਮ ਨੇ। ਬੋਲਦਰ ਵੀ ਕਾਫੀ ਇਹਦੀ ਰਿਜ਼ੈਂਬਲੈਂਸ ਜੀ ਆਉਂਦੀ ਆ। ਤੇ ਹੁਣੇ ਅਮਰਤਪਾਨ ਦਾ ਗਾਣਾ ਆਇਆ, ਉਹ ਵੀ ਇਹੀ ਚੀਜ਼ ਤੋਂ ਸੈਂਪਲ ਕੀਤਾ ਗਿਆ। ਬਹੁਤ ਵੀਡੀਓ ਡਾਇਰੈਕਟਰ, ਬਹੁਤ ਰੈਪਰ ਪੁੱਛਦੇ ਰਹਿੰਦੇ ਨੇ ਬਾਈ ਤੂੰ ਬੀਟਾਂ ਬੂਟਾਂ ਵੇਚਦਾ ਮਿਊਜ਼ਿਕ ਕਰਦਾ, ਤਾਂ ਮੈਂ ਸਾਰੀਆਂ ਬੀਟਾਂ ਬੀਟ ਸਟਾਰ ਔਨਲਾਈਨ ਜਿਹੜਾ ਸਟੋਰ ਹੁੰਦਾ ਵੇਚਣ ਵਾਲਾ ਉਹਦੇ ਪਾਤੀਆਂ। ਜਿਹਨੇ ਬਾਏ ਬੂਈ ਕਰਨੀਆਂ ਹੋਣਗੀਆਂ ਇੱਥੋਂ ਬਾਏ ਕਰ ਲਿਓ ਵੀਰੇ, ਥੱਲੇ ਲਿੰਕ ਲੁੰਕ ਸਾਰੇ ਸਿੱਟ ਤੇ। ਪੁਰਾਣੇ ਲੈਜੈਂਡਰੀ ਟਰੈਕਾਂ ਤੋਂ ਸੈਂਪਲ ਕੀਤੀਆਂ ਹੋਈਆਂ ਨੇ ਬੀਟਾਂ। ਕਈ ਵਾਰ ਐਂ ਵੀ ਹੁੰਦਾ ਵੀ ਕੰਟੈਂਟ ਆਈਡੀ 'ਚ ਆ ਜਾਂਦਾ, ਉਹ ਮੈਨੂੰ ਕੰਟੈਕਟ ਕਰ ਲਿਓ ਬਾਏ ਕਰਕੇ, ਉਹਦਾ ਵੀ ਕਰ ਦਾਂਗੇ ਹੱਲ। ਫਿਰ ਉਹਦਾ ਨਾਸ ਦਾ ਦਾ ਮੈਸੇਜ, ਜਿਹੜਾ ਕਰਨ ਔਜਲੇ ਦਾ ਇਟ ਐਂਡ ਲੀਗਲ, ਉਹ 'ਚ ਕਾਫੀ ਜਿਹੜਾ ਬੇਸ ਆਈਡੀ ਆ ਉਹ ਦਾ ਮੈਸੇਜ ਤੋਂ ਲਿੱਤਾ ਗਿਆ। ਕਿਤੇ ਕਿਤੇ ਥੋੜੇ ਥੋੜੇ ਕਾਰਡ ਵੀ ਗਿਟਾਰ ਦੇ ਲੱਗਦੇ ਨੇ ਉਵੇਂ ਦੇ, ਤੇ ਜਿਹੜਾ ਡਰਮ ਸੈੱਟ ਦੇ ਵਿੱਚ ਫੈਟ ਸਨੇਅਰ ਆ ਉਹ ਵੀ ਉਹੀ ਚੂਜ਼ ਕੀਤਾ ਗਿਆ। ਡਾਕੂ ਗਾਣੇ ਦੇ ਫਰੰਟ ਦੇ ਵਿੱਚ ਫਲੂਟ ਦੀ ਜਿਹੜੀ ਮੈਲੋਡੀ ਆ ਉਹ ਉਵੇਂ ਦੀ ਉਹ ਆ। ਜਿਹੜਾ ਕਰਨ ਔਜਲੇ ਦਾ ਇਹ ਗਾਣਾ ਸੀਗਾ ਲੀਕ ਹੋਇਆ ਸੀਗਾ, ਇਹਦੀ ਵੀਡੀਓ ਵੀ ਸ਼ੂਟ ਹੋਈ ਹੀ ਸੀਗੀ ਪਰ ਉਹ ਲੀਕ ਹੀ ਹੋ ਗਈ, ਅਫੀਸ਼ੀਅਲੀ ਨਹੀਂ ਰਿਲੀਜ਼ ਕੀਤਾ ਕਰਨ ਔਜਲੇ। ਫਿਰ ਅੱਗੇ ਇਹ ਇੱਕ ਪੁਰਾਣੀ ਗੇਮ ਹੁੰਦੀ ਸੀ ਟੋਟਲ ਓਵਰਡੋਸ, ਮੈਂ ਵੀ ਬਹੁਤ ਖੇਲੀ ਆ 2006-07 'ਚ, ਉਹਦਾ ਥੀਮ ਸੌਂਗ ਹੁੰਦਾ ਸੀ ਇਹ। ਇਹੀ ਚੀਜ਼ ਨੂੰ ਫਿਰ ਸੈਂਪਲ ਕਰਕੇ ਸੁਲਤਾਨ ਦੇ ਗਾਣੇ 'ਚ ਐਵੇਂ ਵਰਤਿਆ ਗਿਆ। ਫਿਰ ਆਉਂਦਾ ਇੱਕ ਗਾਣਾ ਦਾ ਲੈਸ ਆਈ ਨੋ ਦਾ ਬੈਟਰ, ਜਾਣੀ ਏਪੀ ਢਿੱਲੋਂ ਦਾ ਸਮਰ ਹਾਈ ਗਾਣਾ। ਇਹ ਗਾਣੇ ਦੇ ਜੋਨਰ ਤੇ ਇਹ ਗਾਣੇ ਤੋਂ ਬਹੁਤ ਇੰਸਪਾਇਰ ਹੋਇਆ ਹੋਇਆ, ਕਿਉਂਕਿ ਇਹ ਜਿਹੜਾ ਸਾਈਕਡੈਲਿਕ ਪੌਪ ਜਿਹਾ ਨਾ, ਇਹਦੇ ਕਾਫੀ ਜਿਹੜੇ ਤੁਸੀਂ ਮਸ਼ਹੂਰ ਮਸ਼ਹੂਰ ਗਾਣੇ ਸੁਣੋਗੇ ਉਹਨਾਂ ਦੀ ਥੋੜੀ ਜਿਹੀ ਵਾਈਬ ਜੀ ਲਗਭਗ ਕਾਫੀ ਸੇਮ ਜੀ ਹੁੰਦੀ ਆ। ਜਿਹੜੇ ਗਿਟਾਰ ਹੁੰਦੇ ਆ ਬਹੁਤ ਰਿਵਰਬ ਵਾਲੇ ਹੁੰਦੇ ਆ, ਡਿਲੇ ਵਾਲੇ ਹੁੰਦੇ ਆ। ਕਾਫੀ ਸਿਮਲਰ ਹੈ,
ਤਕਰੀਬਨ ਜਿਹੜੇ ਬੀਟਲਸ ਸੀਗਾ ਪੁਰਾਣਾ ਬੈਂਡ ਸੀਗਾ ਉਹ ਵੀ ਸਾਈਕਡੈਲਿਕ ਰੌਕ ਕਰਦੇ ਸੀ ਸਾਈਕਡੈਲਿਕ ਜੋਨਰ ਦਾ ਹੀ ਇੱਕ ਤਰ੍ਹਾਂ ਦਾ ਸਬ ਸੈਕਸ਼ਨ ਆ ਉਦੋਂ ਪੁਰਾਣੇ ਟਾਈਮ 'ਚ ਰੌਕ ਜ਼ਿਆਦਾ ਚੱਲਦਾ ਸੀ ਅੱਜ ਕੱਲ੍ਹ ਪੌਪ ਚੱਲਦਾ ਇਹ ਬਹੁਤ ਵਧੀਆ ਚੀਜ਼ ਇਹਨਾਂ ਨੇ ਕੀਤੀ ਆ ਵੀ ਨਵੇਂ ਜੋਨਰ ਟਰਾਈ ਕਰਦੇ ਨੇ ਇਹੀ ਚੀਜ਼ ਜਿਹੜੀ ਫੋਰ ਯੂ ਈ ਪੀ ਆ ਕਰਨ ਔਜਲੇ ਦੀ ਉਹਨੇ ਵੀ ਇੱਕ ਨਿਊ ਜੋਨਰ ਇੰਟਰੋਡਿਊਸ ਕੀਤਾ ਸਾਰੀ ਅਗਲੀ ਵੀਡੀਓ ਉਹਦੇ 'ਤੇ ਹੀ ਚੱਲ ਅੱਛਾ ਯਾਰ ਮੈਨੂੰ ਸਭ ਤੋਂ ਜੋ ਬੈਸਟ ਪਾਰਟ ਲੱਗਾ ਹੈ ਨਾ वो इनकी जो अपनी बीट बनाई हुई थी जो इन्होंने बीट स्टार्स के बारे में बताई मुझे वो बहुत ही ज्यादा ऐसे मतलब कि लॉडी इमेजिन ही कर सकता ये बंदा इतना माशाल्लाह यार हाँ बिल्कुल ये काम कर रहे होंगे इतना अच्छा मुझे तो इनके अपनी जो बीट थी बीट स्टार्स पे जो इन्होंने मैंने अपलोड की वहां से जाके आप इसको बाय भी कर सकते हैं मुझे तो वो बहुत ही ज्यादा पसंद आई है। तो आपको कौन सा सॉन्ग जो पसंद है अगर आप किसी इस तरह के सॉन्ग के बारे में बताना चाहते हैं जो कि इस तरह कॉपी किया गया हो तो वो आप हमें कमेंट बॉक्स में बता सकते हैं। तो अगर आप ये वीडियो ओरिजिनल चैनल पर देखना चाहते हैं इनके चैनल का नाम है लाइव रिकॉर्ड्स, लाइव रिकॉर्ड्स के नाम से यूट्यूब चैनल है और इसका लिंक मिलेगा आपको डिस्क्रिप्शन में, वहां से आप जाइए लाइव रिकॉर्ड्स यूट्यूब चैनल को सब्सक्राइब कीजिए, इनको ढेर सारा प्यार दीजिए क्योंकि ये इस तरह की मजेदार वीडियो बनाते रहते हैं। तो मिलते हैं इस तरह की नई वीडियो में, तब तक के लिए गुड बाय।